ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਇੱਕ ਮਿਆਨ ਦੋ ਤਿਲਵਾਰਾਂ ਨਾਵਲ ਭਾਗ ਪਹਿਲੇ ਦਾ ਕਾਂਡ 10 ਹੈ ਜਿਹਨੂੰ ਆਪਾਂ ਕੰਟੀਨਿਊ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਨੌ ਜਿਹੜੇ ਆਪਾਂ ਕਾਂਡ ਆ ਉਹ ਆਪਾਂ ਪੜ ਚੁੱਕੇ ਹਾਂ ਪਿਛਲੇ ਪਾਰਟ ਦੇ ਬਾਰੇ ਮੈਂ ਥੋੜਾ ਜਿਹਾ ਦੱਸ ਦਿੰਨੀ ਆ ਤਾਂ ਜੋ ਤੁਸੀਂ ਇਸ ਪਾਰਟ ਦੇ ਨਾਲ ਜੁੜ ਸਕੋ ਅ ਪਿਛਲੇ ਪਾਰਟ ਦੇ ਵਿੱਚ ਅਸੀਂ ਗੱਲ ਕੀਤੀ ਸੀ ਬੀਰੀ ਤੇ ਸੁਦਰਸ਼ਨ ਦੇ ਵਿਚਕਾਰ ਇੱਕ ਮੁਲਾਕਾਤ ਹੁੰਦੀ ਹੈ ਉਹਨਾਂ ਦੀ ਗੱਲਬਾਤ ਜਿਹੜੀ ਕੰਟੀਨਿਊ ਹੁੰਦੀ ਹੈ ਸੁਦਰਸ਼ਨ ਇਹਨਾਂ ਦਿਨਾਂ ਦੇ ਵਿੱਚ ਘਰ ਘਟ ਆਉਂਦਾ ਤੇ ਬੀਰੀ ਉਸ ਚੀਜ਼ ਦਾ ਕਾਰਨ ਪੁੱਛਦੀ ਹੈ ਤਾਂ ਸੁਦਰਸ਼ਨ ਉੱਥੇ ਉਹਨੂੰ ਦੱਸਦਾ ਹੈ ਵੀ ਉਹ ਕਿਸੇ ਦਲੀਪ ਸਿੰਘ ਮਾਸਟਰ ਦੇ ਘਰ ਰਹਿ ਰਿਹਾ ਹੈਗਾ ਕਿਉਂਕਿ ਕਿਸੇ ਗਦਰ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਤਾਂ ਉੱਥੇ ਫਿਰ ਉਹ ਨਾਲ-ਨਾਲ ਕਰਤਾਰ ਸਿੰਘ ਸਰਾਬੇ ਬਾਰੇ ਵੀ ਦੱਸਦਾ ਹੈ ਵੀ ਅੱਜਕੱਲ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਉਹਨਾਂ ਦੇ ਵਿੱਚ ਕੋਈ ਮਤਲਬ ਉਹ ਫੇਲ ਹੋ ਜਾ ਰਹੀਆਂ ਤੇ ਉਹਦੇ ਸਬੰਧੀ ਕੋਈ ਮੀਟਿੰਗਸ ਹੁੰਦੀਆਂ ਜਿਹਨੀਆਂ ਮੁਲਾਕਾਤ ਜਿਹੜੀਆਂ ਉੱਥੇ ਹੁੰਦੀਆਂ ਤਾਂ ਬੀਰੀ ਇਹਨਾਂ ਗੱਲਾਂ ਸੁਣ ਸੁਣ ਕੇ ਬੜੀ ਹੈਰਾਨ ਹੁੰਦੀ ਹੈ ਹਜੇ ਉਹ ਇਹ ਗੱਲਾਂ ਕਰ ਹੀ ਰਹੀ ਹੁੰਦੀ ਆ ਤੇ ਨਾਲ ਹੀ ਉਹ ਦੱਸ ਦਿਆ ਵੀ ਕਰਤਾਰ ਸਿੰਘ ਸਰਾਬੇ ਨੂੰ ਵੀ ਅੰਗਰੇਜ਼ੀ ਸਰਕਾਰ ਨੇ ਫੜਨ ਲਈ 2000 ਰੁਪਏ ਨਾਮ ਰੱਖਿਆ ਹੋਇਆ ਤਾਂ ਬੀਰੀ ਇੱਕੋ ਨਾਮ ਜਿਹੜਾ ਇੱਕ ਦਾਵਾਂ ਜਾਂ ਮਤਲਬ ਕਿ ਇੱਕ ਹੋਂਕਾ ਜਿਹਾ ਲੈਂਦੀ ਆ ਤੇ ਉਸ ਤੋਂ ਬਾਅਦ ਹਜੇ ਉਹ ਗੱਲਾਂ ਉਹਨਾਂ ਨੇ ਹਜੇ ਕਰਨੀਆਂ ਹੋਰ ਵੀ ਹੁੰਦੀਆਂ ਤੇ اچانک ਹੀ ਕੋਈ ਪੁਰਾਣਾ ਅਧਿਕਾਰ ਆ ਜਾਂਦਾ ਹੈ ਮਤਲਬ ਕਿਸੇ ਪੁਰਾਣੇ ਦੀ ਆਮਦ ਹੁੰਦੀ ਆ ਫਿਰ ਜਿਹੜਾ ਇਹ ਪਾਰਟ ਹੈਗਾ ਇਹਦੇ ਵਿੱਚ ਉਹੀ ਪ੍ਰਾਣੇ ਦੇ ਆਨ ਨਾਲ ਇਹ ਜਿਹੜਾ ਪਾਰਟ ਸ਼ੁਰੂ ਹੋਊਗਾ ਤੇ ਸੋ ਆਪਾਂ ਇਹਨੂੰ ਆਪਾਂ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਮਾਸਟਰ ਦਲੀਪ ਸਿੰਘ ਜਿਹੜੇ ਸੁਦਰਸ਼ਨ ਦੇ ਘਰ ਆਉਂਦੇ ਆ ਤੇ ਦੋਨੋਂ ਭੈਣ ਭਰਾ ਜਦੋਂ ਦੇਖਦੇ ਤਾਂ ਮਤਲਬ ਕਿ ਸੁਦਰਸ਼ਨ ਜ਼ਿਆਦਾ ਹੈਰਾਨ ਹੁੰਦਾ ਹੈ ਪਰ ਬੀਰੀ ਨੇ ਮਾਸਟਰ ਦਲੀਪ ਸਿੰਘ ਦੀ ਸ਼ਕਲ ਨਹੀਂ ਦੇਖੀ ਹੁੰਦੀ ਪਰ ਉਹ ਸੁਦਰਸ਼ਨ ਪਾਸੋਂ ਮਤਲਬ ਕਿ ਬਹੁਤ ਗੱਲਾਂ ਉਹਨਾਂ ਦੀਆਂ ਸੁਣਦੀ ਹੈ ਕਿਉਂਕਿ ਜਿਹੜਾ ਲਿਟਰੇਚਰ ਉਹ ਲਿਆ ਕੇ ਦਿੰਦਾ ਉਹ ਮਾਸਟਰ ਦਲੀਪ ਸਿੰਘ ਕੋਲੋਂ ਹੀ ਲਿਆ ਕੇ ਦਿੰਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਸੁਦਰਸ਼ਨ ਬੀਰੀ ਨੂੰ ਮਲਾਉਂਦਾ ਹੈ ਮਾਸਟਰ ਦਲੀਪ ਸਿੰਘ ਨਾਲ ਤਾਂ ਬੀਰੀ ਨਿਰਸੰਕੋਚ ਹੋ ਕੇ ਉਹਨਾਂ ਦੇ ਨਾਲ ਮਤਲਬ ਕਿ ਗੱਲ ਕਰਦੀ ਹੈ ਤਾਂ ਉੱਥੇ ਉਹਨੂੰ ਕੋਈ ਸੰਗ ਨਹੀਂ ਹੁੰਦੀ ਕਿਉਂਕਿ ਉਹਦੇ ਗੱਲਾਂ ਦੇ ਵਿੱਚ ਉਹ ਉਹਨਾਂ ਨੂੰ ਜਾਣਦੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸ਼ਗਿਰਦ ਹੈਗਾ ਸੁਦਰਸ਼ਨ ਉਹਨ ਵਾਰਤਾਲਾਪ ਸ਼ੁਰੂ ਕਰਦਾ ਹੈ ਉਹ ਕਹਿੰਦਾ ਵੀ ਮਾਸਟਰ ਜੀ ਤੁਸੀਂ ਇੱਧਰ ਕਿਵੇਂ ਉਹ ਮਾਸਟਰ ਜੀ ਕਹਿੰਦੇ ਆ ਵੀ ਤੇਰੇ ਵੱਲ ਹੀ ਆਇਆ ਹੈ ਫਿਰ ਸੁਦਰਸ਼ਨ ਕਹਿੰਦਾ ਕਿਉਂ ਸੁਖਤਾ ਹੈ ਅਸੀਂ ਕੱਲ ਹੀ ਤਾਂ ਮੈਂ ਆਇਆ ਤੁਹਾਡੇ ਪਾਸੋਂ ਕੋਈ ਖਾਸ ਮਸਲਾ ਸੀ ਤੇ ਮਾਸਟਰ ਜੀ ਕਹਿੰਦੇ ਹਾਂ ਖਾਸ ਹੀ ਮਸਲਾ ਸੀ ਨਹੀਂ ਤੇ ਕੀ ਲੋੜ ਸੀ ਸਵੇਰੇ ਸਵੇਰੇ ਰੇਲ ਦਾ ਸਫ਼ਰ ਕਰਨ ਦੀ ਫਿਰ ਉਹ ਕਹਿੰਦੇ ਹਲਾ ਦੱਸੋ ਕੀ ਗੱਲ ਹੈ ਮਤਲਬ ਕਹਿੰਦੇ-ਕਹਿੰਦੇ ਉਹ ਸੁਦਰਸ਼ਨ ਨੇ ਬੀਰੀ ਵੱਲ ਤੱਕਿਆ ਮਤਲਬ ਬੀਰੀ ਪੂਰੇ ਧਿਆਨ ਨਾਲ ਗੱਲਾਂ ਸੁਣ ਰਹੀ ਸੀ ਉਹਨਾਂ ਦੀਆਂ ਤੇ ਮਤਲਬ ਸੁਦਰਸ਼ਨ ਹੋਏ ਸੀ ਵੀ ਬੀਰੀ ਵੱਲ ੱਟਕਣ ਦਾ ਜਿਹੜਾ ਕਾਰਨ ਸੀ ਵੀ ਬੀਰੀ ਉੱਥੋਂ ਚਲੀ ਜਾਵੇ ਪਰ ਬੀਰੀ ਉਸ ਦੇ ਮਤਲਬ ਜਦੋਂ ਉਹਨਾਂ ਨੇ ਕਿਹਾ ਵੀ ਮਾਸਟਰ ਹੋਰਾਂ ਲਈ ਹਜੇ ਉਹਨੇ ਹੀ ਕਿਹਾ ਸੀ ਕੁਝ ਲਿਆ ਤੇ ਪਰ ਟੋਕ ਦਿੰਦੇ ਆ ਮਾਸਟਰ ਜੀ ਉਹ ਕਹਿੰਦੇ ਵੀ ਨਹੀਂ ਸੁਦਰਸ਼ਨ ਮੇਰਾ ਮਨੋਰਥ ਜਿਹੜਾ ਹੈਗਾ ਉਹ ਤੇਰੇ ਨਾਲੋਂ ਵੱਧ ਆਉਣ ਦਾ ਜਿਹੜਾ ਹੈਗਾ ਤਲਕ ਬੀਰੀ ਨਾਲ ਹੈ ਉਹ ਕਹਿੰਦੇ ਮੇਰੇ ਨਾਲ ਬੀਰੀ ਨਾਲ ਉਹ ਦੋਵੇਂ ਭੈਣਾਂ ਪਰ ਇਕੱਠੇ ਬੋਲਦੇ ਆ ਉਸ ਤੋਂ ਬਾਅਦ ਮਾਸਟਰ ਦਲੀਪ ਸਿੰਘ ਦੋਨਾਂ ਵੱਲ ਦੇਖਦਾ ਹੈਗਾ ਤੇ ਦੋਨਾਂ ਵਾਸਤੇ ਦੋ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਤੇ ਉਹਨਾਂ ਦੇ ਜਿਵੇਂ ਇੱਕ ਕੁਬਰਹਾਟ ਜੀ ਚਿਹਰਿਆਂ ਤੇ ਆ ਜਾਂਦੀ ਹੈ ਤਾਂ ਮਾਸਟਰ ਜੀ ਜਦੋਂ ਸੰਬੋਧਨ ਕਰਦੇ ਆ ਉਹ ਸੁਦਰਸ਼ਨ ਨੂੰ ਨਹੀਂ ਬੀਰੀ ਨੂੰ ਹੀ ਕਹਿਣ ਲੱਗ ਜਾਂਦੇ ਆ ਮੈਂ ਤੈਨੂੰ ਲੈਣ ਆਇਆ ਹਾਂ ਬੀਰੀ ਚੱਲेंगी ਪੱਲੋਵਾਲ ਤੱਕ ਜਦੋਂ ਇਹ ਗੱਲ ਕਹਿੰਦੇ ਆ ਤਾਂ ਇੱਕ ਆਮ ਹੀ ਗੱਲ ਹੈ ਵੀ ਜੇ ਕਿਸੇ ਕੁਆਰੀ ਕੁੜੀ ਨੂੰ ਕੋਈ ਓਪਰਾ ਵਿਅਕਤੀ ਐਵੇਂ ਕਹੂਗਾ ਤਾਂ ਬੜਾ ਸੰਗਤ ਤੇ ਅਸਭਿਅਤ ਲੱਗਦਾ ਹੈਗਾ ਤਾਂ ਬੀਰੀ ਦਾ ਵੀ ਦਲੀਪ ਮਤਲਬ ਕਿ ਸੁਦਰਸ਼ਨ ਕਰਕੇ ਮਤਲਬ ਕਿ ਉਹਨਾਂ ਨਾਲ ਕਾਫੀ ਗੂੜਾ ਜਿਹੜਾ ਸਨੇਹ ਹੈਗਾ ਪਰ ਉੱਥੇ ਇੱਕ ਗੱਲ ਇਹ ਹੈਗੀ ਐ ਵੀ ਬੜਾ ਘਬਰਾਇਆ ਜੀ ਸੁਦਰਸ਼ਨ ਵੀ ਇਸ ਚੀਜ਼ ਨੂੰ ਲੈ ਕੇ ਘਬਰਾ ਜਾਂਦਾ ਵੀ ਬੀਰੀ ਦੀ ਕੀ ਲੋੜ ਪੈ ਗਈ ਉਸ ਤੋਂ ਬਾਅਦ ਮਤਲਬ ਬੀਰੀ ਨੂੰ ਆਵਾਗ ਜੇ ਹਾਲਾਤ ਵਿੱਚ ਮਤਲਬ ਹਾਲਤ ਵਿੱਚ ਉਹ ਜਿਹੜਾ ਸੁਦਰਸ਼ਨ ਨੇ ਸਹਾਲ ਕੀਤਾ ਪਰ ਬੀਰੀ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਉਹਨੂੰ ਲੱਗਦਾ ਵੀ ਇਹ ਕੀ ਹੋ ਗਿਆ ਉਹਨੂੰ ਉੱਪਰ ਉਹਨੂੰ ਜਗਿਆਸਾ ਸੀ ਵੀ ਮੈਂ ਜਾਣਨਾ ਵੀ ਮੈਨੂੰ ਮਾਸਟਰ ਜੀ ਕਿਉਂ ਲੈਣ ਆਏ ਆ ਹਾਂ ਦਲੀਪ ਸਿੰਘ ਬਸ ਇੱਕੋ ਅੱਖਰ ਬੋਲ ਕੇ ਚੁੱਪ ਹੋ ਗਿਆ ਜਿਵੇਂ ਅਗਲਾ ਬਰਤਾਨ ਦੱਸਣ ਤੋਂ ਪਹਿਲਾਂ ਆਪਣੇ ਖੰਭ ਤੋਲ ਰਿਹਾ ਹੋਵੇ ਭੱਲੋ ਵਾਲ ਮਾਸਟਰ ਜੀ ਐਤਕਾਂ ਬੀਰੀ ਨੇ ਪੁੱਛ ਲਿਆ ਮਤਲਬ ਬੀਰੀ ਨੇ ਪੁੱਛਿਆ ਮਾਸਟਰ ਜੀ ਨੂੰ ਪਰ ਸੁਦਰਸ਼ਨ ਵਾਂਗ ਭਰਾ ਕੇ ਨਹੀਂ ਮਤਲਬ ਆਮ ਜਿਹੇ ਰੋ ਵਿੱਚ ਹੀ ਪੁੱਛਿਆ ਨੇ ਹਾਂਜੀ ਸਾਡੇ ਸਰਦਾਰਾਜ਼ਮ ਨੂੰ ਇੱਕ ਐਸਾ ਕੰਮ ਪਿਆ ਹੈ ਬੀਰੀ ਮਾਸਟਰ ਨੇ ਮਤਲਬ ਕਿ ਕਿਆ ਬੀਰੀ ਨੂੰ ਜਿਸ ਵਿੱਚ ਲੜਕੀ ਹੀ ਉਹ ਕੰਮ ਕਰ ਸਕਦੀ ਹੈ ਤੇ ਮੇਰੇ ਖਿਆਲ ਵਿੱਚ ਤੁਹਾਡਾ ਸਰਦਾਰਾਜ਼ਮ ਕੌਣ ਹੈ ਕੀ ਕੰਮ ਹੈ ਲਗਾਤਾਰ ਬੀਰੀ ਦੋ ਤਿੰਨ ਕੁਐਸਚਨ ਮੈਂ ਪੁੱਛਦੀ ਐ ਕਹਿੰਦੀ ਵੀ ਕੌਣ ਹੈ ਸਰਦਾਰਾਜ਼ਮ ਤੇ ਕੀ ਕੰਮ ਹੈ ਉਹਨਾਂ ਨੂੰ ਤੇ ਉੱਤਰ ਵਿੱਚੋਂ ਜਦੋਂ ਦਲੀਪ ਸਿੰਘ ਦੇ ਜਵਾਨੋਂ ਕਰਤਾਰ ਸਿੰਘ ਸਰਾਬਾ ਨਿਕਲਿਆ ਵੀ ਸਰਦਾਰ ਆਜ਼ਮ ਕਰਤਾਰ ਸਿੰਘ ਸਰਾਬਾ ਤਾਂ ਬੀਰੀ ਕਹਿੰਦੇ ਇੱਕੋ ਨਾਮ ਇੰਨਾ ਕੁ ਉਖੜ ਗਈ ਜਿਵੇਂ ਉਹਨੂੰ ਇਹ ਲੱਗਿਆ ਵੀ ਉਹਦੇ ਸਰੀਰ ਦਾ ਸਰੀਰ ਨੂੰ ਜਿਵੇਂ ਉਲਟੇ ਖੜਾ ਕਰਤਾ ਹੋਵੇ ਮਤਲਬ ਸਿਰ ਹੇਠਾਂ ਤੇ ਲੱਤਾਂ ਉੱਪਰ ਕਰਕੇ ਮਤਲਬ ਕਿ ਇੱਕੋ ਨਾਮੋ ਖਬਰਾ ਚਾਂਦੀ ਹੈ ਤੇ ਹੀ ਕਰਤਾਰ ਸਿੰਘ ਸਰਾਬਾ ਉਸ ਨੂੰ ਸਾਧ ਰਿਹਾ ਕਰਤਾਰ ਸਿੰਘ ਸਰਾਬਾ ਮਤਲਬ ਬੀਰੀ ਆਪਣੇ ਸੁਪਨਿਆਂ ਨੂੰ ਛੱਡ ਕੇ ਇੱਕ ਫੁਰਨਿਆਂ ਨੂੰ ਮਤਲਬ ਕਿ ਮੱਲਿਆ ਹੋਇਆ ਉਹਨੇ ਲੋ ਉਹਨੂੰ ਲੱਗਦਾ ਵੀ ਕਰਤਾਰ ਸਿੰਘ ਸਰਾਬਾ ਭੱਲੋਵਾਲ ਵਿੱਚ ਹੈ ਜਿਹੜਾ ਕਿ ਹਰਨਪੁਰ ਤੋਂ ਸਿਰਫ ਸਵਾ ਘੰਟੇ ਦੀ ਦੂਰੀ ਤੇ ਆ ਕਿਉਂਕਿ ਜਿਹੜੀ ਬੀਰੀ ਆ ਉਹ ਸੁਦਰ ਕਰਤਾਰ ਸਿੰਘ ਸਰਾਬੇ ਨੂੰ ਪਿਆਰ ਕਰਦੀ ਹੁੰਦੀ ਹੈ ਇਨਕਲਾਬੀ ਜਿਹੜਾ ਲਿਟਰੇਚਰ ਪੜ੍ਹਦੀ ਹੈ ਤਾਂ ਜਦੋਂ ਨੂੰ ਇਹ ਲੱਗਦਾ ਵੀ ਉਹਨੂੰ ਮਤਲਬ ਕਰਤਾਰ ਸਿੰਘ ਸਰਾਬਾ ਸਾਧ ਰਿਹਾ ਤੇ ਅਨੇਕਾਂ ਖਿਆਲ ਫਿਰ ਉਹਦੇ ਮਤਲਬ ਕਿ ਆਉਂਦੇ ਆ ਦਿਮਾਗ ਦੇ ਵਿੱਚੋਂ ਲੰਘਦੇ ਆ ਇੱਕ ਅਨੋਖੀ ਉਹ ਕਹਿੰਦੇ ਵੀ ਬੁਝਾਰਤ ਨੂੰ ਜਲਦੀ ਤੋਂ ਜਲਦੀ ਸਮਝਣ ਵਾਸਤੇ ਬੀਰੀ ਨੇ ਸਦਾਰਸ਼ਨ ਨੂੰ ਰੋਕਿਆ ਜਿਹੜਾ ਮਾਸਟਰ ਤੋਂ ਕੁਝ ਪੁੱਛਣ ਲੱਗਿਆ ਸੀ ਇੱਕ ਹੋਰ ਸੰਭਾਲ ਕੀਤਾ ਉਹ ਪੱਲੋਵਲ ਆਇਆ ਹੋਇਆ ਮਾਸਟਰ ਜੀ ਮਤਲਬ ਬੀਰੀ ਆਪਦੇ ਬ੍ਰਦਰ ਨੂੰ ਰੋਕ ਕੇ ਸੁਦਰਸ਼ਨ ਨੂੰ ਆਪ ਪੁੱਛਣਾ ਸ਼ੁਰੂ ਕਰ ਦਿੰਦੀ ਆ ਫਿਰ ਮਾਸਟਰ ਜੀ ਦੱਸ ਦਿੰਦੇ ਆ ਵੀ ਹਾਂ ਉਹ ਦੋ ਮਤਲਬ ਉਹਨਾਂ ਨਾਲ ਦੋ ਹੋਰ ਵੀ ਸਾਥੀ ਐ ਤੇ ਉਹ ਮੇਰੇ ਕੋਲ ਤਿੰਨੇ ਪ੍ਰਾਣੇ ਆਏ ਸੀਗੇ ਤੇ ਬੀਰੀ ਪਰ ਬੀਰੀ ਨਾਲ ਸੰਬੰਧਿਤ ਕਿਹੜਾ ਕੰਮ ਪੈ ਗਿਆ ਮਤਲਬ ਜਦੋਂ ਸੁਦਰਸ਼ਨ ਪੁੱਛਦਾ ਕੰਮ ਉਹ ਕਹਿੰਦੇ ਦਲੀਪ ਸਿੰਘ ਬੋਲਦਾ ਵੀ ਮੈਂ ਕੰਮ ਤਾਂ ਨਹੀਂ ਦੱਸਾਂਗਾ ਨਹੀਂ ਮੈਨੂੰ ਪਤਾ ਕਿਉਂਕਿ ਕਰਤਾਰ ਸਿੰਘ ਸਰਾਬੀ ਨੇ ਮੈਨੂੰ ਮਨਾਈ ਕੀਤੀ ਹੋਈ ਐ ਮੈਂ ਤਾਂ ਹੁਕਮ ਦਾ ਬੱਜਾ ਹੋਇਆ ਤੇ ਮੈਂ ਮਤਲਬ ਜਿਹੜੀ ਗੱਲ ਉਹ ਖੁਦ ਆਪੀ ਜਵਾਨੀ ਬੀਰੀ ਨੂੰ ਦੱਸਣਗੇ ਮਤਲਬ ਕਿ ਉਸ ਤੋਂ ਬਾਅਦ ਮਾਸਟਰ ਜੀ ਇਹ ਗੱਲ ਸਾਫ਼ ਕਹਿ ਦਿੰਦੇ ਆ ਵੀ ਫਿਰ ਉਹ ਕਹਿੰਦੇ ਅਸਲ ਵਿੱਚ ਸੁਦਰਸ਼ਨ ਸੱਚ ਪੁੱਛੇ ਤਾਂ ਸਹੀ ਦੀ ਛੱਡ ਪਹੇਦੀ ਪਈ ਹੋਈ ਐ ਇਸ ਵੇਲੇ ਕੰਮ ਬੜਾ ਹੀ ਨਾਜ਼ੁਕ ਤੇ ਖਤਰਨਾਕ ਐ ਇਸ ਮਤਲਬ ਇਹ ਲੜਕੀ ਦੇ ਕਰਨ ਵਾਲਾ ਕੰਮ ਐ ਬੜੇ ਸਖਤ ਘਬਰਾਏ ਹੋਏ ਸੀ ਤਿੰਨੇ ਮਦਲ ਕਰਤਾਰ ਸਿੰਘ ਸਰਾਬਾ ਤੇ ਉਹਦੇ ਸਾਥੀ ਕਬਰਾਂਏ ਹੋਏ ਸੀਗੇ ਤੇ ਵਿਚਾਰੇ ਤਿੰਨੇ ਹੀ ਅਜਨਬੀ ਐ ਇੱਕੋ ਇਲਾਕੇ ਵਿੱਚ ਇਹੋ ਜੀ ਲੜਕੀ ਕਿੱਥੋਂ ਲੱਭ ਸਕਦੇ ਆ ਆਪਾਂ ਉਹ ਕਹਿੰਦੇ ਵੀ ਜਿਹੜੀ ਮਜ਼ਬੂਤ ਦਿਲ ਦੀ ਹੋਵੇ ਤੇ ਕੰਮ ਨੂੰ ਵੀ ਇਮਾਨਦਾਰੀ ਨਾਲ ਕਰੇ ਉਹ ਕਹਿੰਦੇ ਵੀ ਮੈਨਾਂ ਜਦੋਂ ਮੈਨੂੰ ਉਹਨਾਂ ਨੇ ਇੱਕ ਕੁੜੀ ਬਾਰੇ ਦੱਸਿਆ ਤਾਂ ਮੇਰੀ ਜਿਹੜੀ ਨਿਗਾਹ ਹੈਗੀ ਉਹ ਬੀਰੀ ਤੇ ਹੀ ਗਈ ਮੈਨੂੰ ਇਹ ਲੱਗਿਆ ਵੀ ਬੀਰੀ ਇਹੋ ਜੀ ਕੁੜੀ ਐ ਵੀ ਜੋ ਇਹ ਕੰਮ ਕਰ ਸਕਦੀ ਐ ਮੈਂ ਸ਼ਕਲ ਤਾਂ ਨਹੀਂ ਵੇਖੀ ਸੀ ਪਰ ਫਿਰ ਮੈਂ ਪਰ ਫਿਰ ਵੀ ਮੈਂ ਉਹਨਾਂ ਨੂੰ ਹਾਮੀ ਭਰ ਦਿੱਤੀ ਪਰ ਰੱਬ ਕਰੇ ਮੇਰੀ ਇੱਜ਼ਤ ਰਹਿ ਜਾਵੇ ਮਤਲਬ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਹਾਮੀ ਭਰਤੀ ਪਰ ਮੈਨੂੰ ਹੁਣ ਇਹ ਨਹੀਂ ਪਤਾ ਵੀ ਮੇ मतलब ਬੀਰੀ ਇਹ ਕੰਮ ਕਰੂਗੀ ਜਾਂ ਨਹੀਂ ਮੇਰੇ ਨਾਲ ਜਾਊਗੀ ਕਿ ਨਹੀਂ ਕਹਿੰਦੇ ਬੀਰੀ ਦੇ ਅੰਦਰ ਜਿਵੇਂ ਸੁੱਤੀ ਹੋਈ ਮਹਾਸ਼ਕਤੀ ਜਾਗ ਪਈ ਉਹ ਬੋਲੀ ਤੁਸਾਂ ਦੇ ਮਾਸਟਰ ਜੀ ਉਹੀ ਗੱਲ ਕੀਤੀ ਐ ਕਿ ਮਾਣ ਨਾ ਮਾਣ ਤੇ ਮੈਂ ਤੇਰਾ ਮਹਿਮਾਨ ਭਲਾ ਜੇ ਐਡਾ ਹੀ ਕੰਮ ਔਖਾ ਸੀ ਤਾਂ ਪੁੱਛ ਮੈਂ ਪੁੱਛਦੀ ਹਾਂ ਤੁਹਾਨੂੰ ਕਿ ਕੰਨ ਯਕੀਨ ਹੋ ਗਿਆ ਕਿ ਬੀਰੀ ਉਸ ਕੰਮ ਨੂੰ ਕਰ ਸਕੇਗੀ ਹਾਲਾਂਕਿ ਤੁਸੀਂ ਮੇਰੀ ਸ਼ਕਲ ਦੇ ਵਾਕਫ ਨਹੀਂ ਬੋਲਦੇ ਬੋਲਦੇ ਬੀਰੀ ਦੀਆਂ ਜਿਹੜੀਆਂ ਮਤਲਬ ਕਿ ਇੱਕ ਚਿਹਰੇ ਤੇ ਮੁਸਕਰਾਟ ਫੈਲ ਗਈ ਤੇ ਜਿਵੇਂ ਉਹਨੇ ਮਤਲਬ ਇੱਕ ਹਾਂ ਬੋਲ ਦਿੱਤੀ ਵੀ ਮੈਂ ਇਹ ਕੰਮ ਕਰੂੰਗੀ ਤੇ ਉਸ ਤੋਂ ਬਾਅਦ ਜਦੋਂ ਸੁਦਰਸ਼ਨ ਨੂੰ ਵੀ ਸੁਦਰਸ਼ਨ ਵੀ ਬੜੇ ਚੰਬੇ ਨਾਲ ਬੀਰੀ ਵੱਲ ਦੇਖ ਰਿਹਾ ਸੀਗਾ ਤੇ ਕੁਝ ਕੁਝ ਮਤਲਬ ਕਿ ਉੱਥੇ ਗਾ ਉਮੀਦ ਉਹਦੀ ਉਲਟ ਸੀ ਉਹਨੂੰ ਲੱਗਦਾ ਸੀ ਵੀ ਬੀਰੀ ਨਾਲ ਜਾਣ ਲਈ ਹਾਂ ਕਰੂਗੀ ਜਾਂ ਕਿਸੇ ਕੰਮ ਕਰਨ ਲਈ ਭਾਵੇਂ ਉਹ ਜਾਣਦਾ ਸੀ ਕਿ ਕੁੜੀ ਮਤਲਬ ਉਹਦੀ ਪੈਨ ਮਜ਼ਬੂਤ ਦਿਲ ਦੀ ਹੈ ਪਰ ਬੀਰੀ ਦੇ ਨਕਸ਼ੇ ਉੱਤੇ ਕਿਸੇ ਫਲੋਦੀ ਕਿਸਮ ਦੀ ਦ੍ਰਿੜਤਾ ਉਹ ਤੱਕ ਰਿਹਾ ਸੀ ਇਤਨਾ ਪਹਿਲਾਂ ਉਹਨੇ ਕਦੇ ਨਹੀਂ ਦੇਖਿਆ ਸੀ ਉਹਦੇ ਫੇਸ ਤੇ ਮਤਲਬ ਕਿ ਇਹ ਇੰਨੇ ਇੱਕ ਜਿਆਦਾ ਮਤਲਬ ਉਹਨੂੰ ਆਪਣੀ ਭੈਣ ਤੇ ਭਰੋਸਾ ਤਾਂ ਜ਼ਰੂਰ ਸੀ ਪਰ ਉਹਨੇ ਇਹ ਨਹੀਂ ਸੀ ਵੀ ਉਹ ਇਕੋਦਮ ਹਾਂ ਕਰ ਦੂਗੀ ਅੱਛਾ ਮਾਸਟਰ ਜੀ ਜੇ ਤੁਹਾਨੂੰ ਮੇਰੀ ਜਾਤ ਉੱਤੇ ਐਡਾ ਭਰੋਸਾ ਹੈ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣੀ ਆ ਕਿ ਤੁਹਾਡੇ ਵਿਸ਼ਵਾਸ ਉੱਤੇ ਪਹਿਰਾ ਦੇਾਂਗੀ ਚਲੋ ਮੈਂ ਤਿਆਰ ਹਾਂ ਫਿਰੋਜ਼ ਜਦੋਂ ਵੀ ਬੀਰੀ ਦੇ ਮੂੰਹੋਂ ਇਹ ਗੱਲ ਨਿਕਲਦੀ ਹੈ ਵੀ ਉਹ ਤਿਆਰ ਹੈ ਤਾਂ ਉਸ ਤੋਂ ਬਾਅਦ ਜਿਹੜੇ ਮਾਸਟਰ ਦਲੀਪ ਸਿੰਘ ਵੀ ਕਹਿੰਦੇ ਆ ਸ਼ੁਕਰ ਹੈ ਉਹਨਾਂ ਦੀ ਅੱਖਾਂ ਝੁਕ ਜਾਂਦੀਆਂ ਬੀਰੀ ਨੂੰ ਰੱਖ ਦਿਖਾਈ ਅਸਲ ਕੰਮ ਮਤਲਬ ਕਿ ਉਹਨਾਂ ਨੂੰ ਹੁੰਦਾ ਵੀ ਮੈਨੂੰ ਯਕੀਨ ਹੋ ਗਿਆ ਵੀ ਮੇਰੀ ਜਿਹੜੀ ਮੇਰੀ ਜਿਹੜੀ ਟੈਨਸ਼ਨ ਸੀ ਉਹ ਦੂਰ ਹੋ ਗਈ ਵੀ ਮੈਨੂੰ ਇਹ ਸੀ ਵੀ ਪਤਾ ਨਹੀਂ ਤੂੰ ਇਹ ਕੰਮ ਕਰਨ ਲਈ ਜਾਂ ਮੇਰੇ ਨਾਲ ਜਾਣ ਲਈ ਤਿਆਰ ਹੋਵੇਂਗੀ ਬੱਸ ਵੀ ਕਰੋ ਮਾਸਟਰ ਜੀ ਬੀਰੀ ਹੁਣ ਟੋਕ ਦਿੰਦੀ ਐ ਮੌਕਾ ਤੇ ਆ ਲੈਣ ਦਿਓ ਖਬਰੇ ਕਰ ਵੀ ਸਕਾਂਗੀ ਕਿ ਨਹੀਂ ਕਦੋਂ ਚੱਲਣਾ ਹੋਵੇਗਾ ਪੱਲੋਵਾਲ ਬੀਰੀ ਫਿਰ ਪੁੱਛਦੀ ਐ ਅਜੇ ਨਹੀਂ ਬੀਰੀ ਮਾਸਟਰ ਦਲੀਪ ਸਿੰਘ ਖੁਸ਼ੀ ਦੇ ਉਤਸ਼ਾਹ ਵਿੱਚ ਬੋਲਿਆ ਉਹਨਾਂ ਨੂੰ ਮੁੜਨ ਦੀ ਕਾਹਲੀ ਸੀ ਅੱਜ ਅੱਜ ਮਾਰਚ ਦੀ ਪਹਿਲੀ ਤਰੀਕ ਹੈ ਰਾਤੀ ਉਹ ਕੋੜੀਪਾਲ ਜਾ ਕੇ ਟਿਕਣਗੇ ਤੇ ਭਲਕੇ ਵਾਪਸ ਆਉਣਗੇ ਮਤਲਬ ਇੱਥੇ ਕਰਤਾਰ ਸਿੰਘ ਸਰਾਬੀ ਤੇ ਉਹਨਾਂ ਦੇ ਸਾਥੀ ਦੀ ਗੱਲ ਕਰ ਰਹੇ ਆ ਵੀ ਉਹ ਅੱਜ ਤਾਂ ਉਹ ਕੋੜੀਪਾਲ ਜਾਣਗੇ ਨਾਲ ਵਾਲੇ ਕਿਸੇ ਪਿੰਡ ਤੇ ਉਸ ਤੋਂ ਬਾਅਦ ਅਗਲੇ ਦਿਨ ਉਹ ਆ ਜਾਣਗੇ ਸੋ ਇਸ ਲੇਖੇ ਸਾਨੂੰ ਗੱਡੀ ਮਤਲਬ ਸਾਨੂੰ ਇਸੇ ਗੱਡੀ ਜਿਹੜੀ 1.5 ਵਜੇ ਚੱਲਦੀ ਹੈ ਜਾਣਾ ਹੋਵੇਗਾ ਸ਼ਾਮ ਦੀ ਗੱਡੀ ਤੁਸੀਂ ਦੋਵੇਂ ਭੈਣ ਵਾਪਸ ਆ ਜਾਣਾ ਚੰਗਾ ਮੈਂ ਤਿਆਰ ਹਾਂ ਤੇ ਫਿਰ ਉਹ ਸੁਦਰਸ਼ਨ ਵੱਲ ਤੱਕ ਕੇ ਬੋਲੀ ਤੁਸੀਂ ਪਾਪਾ ਜੀ ਪੱਗ ਪੁੱਗ ਬੰਨ ਲਓ ਜਦੋਂ ਕਹਿੰਦੀ ਹੈ ਪੱਗ ਪੁੱਗ ਬੰਨੋ ਉਚਰ ਕੇ ਤੇ ਮੈਂ ਪੇਟ ਪੂਜਾ ਦਾ ਆਰ ਕਰ ਸਕਾਂ ਗੱਡੀ ਵਿੱਚ ਅਜੇ ਕਾਫੀ ਵਕਤ ਹੈ ਤੇ ਉਹ ਕਹਿੰਦੇ ਸੁਦਰਸ਼ਨ ਪੱਗ ਬਨਣ ਲੱਗਾ ਤੇ ਬੀਰੀ ਉੱਠ ਕੇ ਰਸੋਈ ਵਿੱਚ ਚਲੀ ਗਈ ਸੋ ਇਸ 파ਟ ਦੇ ਵਿੱਚ ਪਹਿਲਾ ਭਾਗ ਜਿਹੜਾ ਇਹ ਖਤਮ ਹੋ ਚੁੱਕਿਆ ਹੈ ਪਹਿਲੇ ਭਾਗ ਦੇ ਵਿੱਚ ਜਿਹੜੇ 10 파ਟ ਸੀ ਉਹ ਆਪਾਂ ਕੰਟੀਨਿਊ ਕਰ ਲਏ ਆ ਕੰਪਲੀਟ ਕਰ ਲਏ ਇਸ ਤੋਂ ਬਾਅਦ ਅਸੀਂ ਇੱਕ ਮਿਆਂ ਦੋ ਤਲਵਾਰਾਂ ਦਾ ਜਿਹੜਾ ਦੂਜਾ ਭਾਗ ਆ ਨੂੰ ਸ਼ੁਰੂ ਕਰਾਂਗੇ ਉਹਦੇ ਵਿੱਚ ਅਸੀਂ 11ਵਾਂ 파ਟ ਸ਼ੁਰੂ ਕਰਕੇ ਫਿਰ ਅੱਗੇ ਕੰਟੀਨਿਊ ਕਰਾਂਗੇ ਤੇ ਉਹਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਤੁਹਾਨੂੰ ਸਾਰੇ 파ਟ ਮਿਲਣਗੇ ਸੋ ਧੰਨਵਾਦ ਆਸ ਕਰਦੇ ਹਾਂ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਥੈਂਕਸ